ਇਹਦਾ ਨੰਬਰ ਉਹ ਪੁਰਾਣਾ ਬੰਦਾ ਰਿਹਾ ਪਰ ਵਟਸਐਪ ਤੇ ਉਹੀ ਨੰਬਰ ਤੇ ਆਨਲਾਈਨ ਹੋ ਰਿਹਾ ਦੂਜਾ ਨੰਬਰ ਆਇਆ ਕਿੱਥੋਂ ਇੱਕੋ ਤੇ ਨੰਬਰਾਂ ਦੀ ਜਾਂਚ ਨਹੀਂ ਕਰਾਈ ਕਿਹਦੇ ਨਾਮ ਤੇ ਸਿਮ ਨੇ ਕੁਝ ਨਹੀਂ ਪਤਾ ਲੱਗ ਰਿਹਾ ਪੁਲਿਸ ਨੂੰ ਇੱਥੇ ਤੱਕ ਕਿ ਨੰਬਰ ਦਿੱਤਾ ਹੈ ਵੀ ਨੰਬਰ ਇਹਨਾਂ ਨੂੰ ਪਤਾ ਚੱਲਣਾ ਚਾਹੀਦਾ ਸਭ ਤੋਂ ਪਹਿਲਾਂ ਪੁਲਿਸ ਦਾ ਫਰਜ਼ ਬਣਦਾ ਸੀ ਨੰਬਰ ਜਾਂਚ ਕਰਵਾਉਣਾ ਕਰਵਾਇਆ ਨਹੀਂ ਉਹ ਹੈ ਕਿ ਕੁਝ ਨਹੀਂ ਹੋਇਆ ਇੱਕ ਇਹ ਆ ਕਿ ਜਦੇ ਰਿਹਾ 3 ਦਿਨ ਤੋਂ ਇਹ ਰੋਟੀ ਵੀ ਖਾਂਦਾ ਰਿਹਾ ਇਹਦਾ ਫੋਨ ਕੱਲ ਆਫ ਹੋ ਗਿਆ ਕਿ ਬੈਟਰੀ ਡੈੱਡ ਹੋ ਗਈ ਉਸ ਤੋਂ ਬਾਅਦ ਫੋਨ ਆਨ ਨਹੀਂ ਹੋਇਆ ਜਦ ਕਿ ਰਾਤ ਰਿਹਾ ਰਾਤ ਇਹਦਾ ਫੋਨ ਚਾਰਜ ਹੋਇਆ ਉਹ ਕਿੱਥੋਂ ਚਾਰਜ ਹੋਇਆ ਅੱਜ ਸਵੇਰ ਦਾ ਹੀ ਫੋਨ ਉਹਦਾ ਆਨ ਆ ਅੱਜ ਆਫ ਨਹੀਂ ਹੈ 5 ਮਿੰਟ ਬਾਅਦ ਆਫ ਐਕਟਿਵਾ ਮਿਲੀ ਸੀ ਜੰਗਲ ਦੇ ਵਿੱਚੋਂ ਐਕਟਿਵਾ ਇਹਦੀ ਭਈਏ ਦੀ ਸੀ ਜਾਂ ਉਹ ਘਰ ਵਾਲਿਆਂ ਦੀ ਜਿਹੜੀ ਇਹ ਚੋਰੀ ਕਰਕੇ ਲੈ ਕੇ ਐਕਟਿਵਾ ਜਿਹੜੀ ਆ ਉਹ ਮੈਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਪਰਿਵਾਰਕ ਮੈਂਬਰਾਂ ਦੀ ਵੀ ਥੋੜੀ ਜਿਹੀ ਗਲਤੀ ਆ ਵੀ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਚਾਰਜਰ ਲੈਣ ਦੇ ਲਈ ਜਾ ਰਿਹਾ ਸੀ ਉਸ ਦੇ ਨਾਲ ਜਿਹੜੇ ਬੱਚੇ ਆ ਉਹ ਨਹੀਂ ਤੋਰਨੇ ਚਾਹੀਦੇ ਬੱਚੇ ਇਸ ਤਰ੍ਹਾਂ ਸਰ ਬੱਚਾ ਉਹਨਾਂ ਨੇ ਨਹੀਂ ਤੋਰਿਆ ਬੱਚਾ ਬਾਹਰ ਖੇਡਦੇ ਇਹਨੂੰ ਲੈ ਗਿਆ ਬਿਠਾਲ ਕੇ ਉਹਨਾਂ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਸੀ ਉਹਨੂੰ ਇਹ ਕਹਿਤਾ ਕਿ ਮੈਂ ਤੈਨੂੰ ਕੁਝ ਖਵਾ ਕੇ ਲਿਆਉਣਾ ਆ ਆ ਚੱਲੀਏ ਦੁਕਾਨ ਤੇ ਬੱਚਾ ਘਰੋਂ ਨਹੀਂ ਲੈ ਕੇ ਗਿਆ ਬਾਹਰੋਂ ਲੈ ਕੇ ਗਿਆ ਪਰ ਇਹ ਹੈ ਕਿ ਚਲੋ ਜੋ ਕਰਿਆ ਮੈਂ ਜਿੰਨੀ ਵੀ ਜਨਤਾ ਸਾਡੀ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਜਦੋਂ ਵੀ ਪ੍ਰਵਾਸੀ ਨੂੰ ਰੱਖਦੇ ਹੋ ਉਹਦਾ ਪੂਰਾ ਐਡਰੈਸ ਆਧਾਰ ਕਾਰਡ ਉਹ ਪਹਿਲਾਂ ਲੈ ਕੇ ਪੁਲਿਸ ਨੂੰ ਦਿੱਤਾ ਜਾਵੇ ਸ਼ਾਸਨ ਵੱਲੋਂ ਅਪੀਲ ਵੀ ਕੀਤੀ ਜਾਂਦੀ ਆ ਉਹ ਦਿੱਤਾ ਜਾਵੇ ਕਿ ਸਾਨੂੰ ਉਸੇ ਟਾਈਮ ਐਕਸ਼ਨ ਦੇ ਵਿੱਚ ਇਹਦਾ ਪੂਰਾ ਪਤਾ ਲੱਗ ਸਕੇ ਕਿ ਜਿਸ ਤਰ੍ਹਾਂ ਹੋਣਾ ਸੀ ਇਹਦੇ ਮਗਰ ਭੱਜੇ ਦਾ ਆਧਾਰ ਕਾਰਡ ਵਗੈਰਾ ਪੂਰਾ ਐਡਰੈਸ ਸਾਨੂੰ ਗੜ ਭਮਾ ਤੋਂ ਜਾ ਕੇ ਮਿਲਿਆ ਕਿ ਜਿੱਥੇ ਪਹਿਲਾਂ ਨੌਕਰੀ ਕਰਦਾ ਸੀ ਮਾਸਟਰ ਜੀ ਕੋਲ ਉਹਨਾਂ ਕੋਲੋਂ ਜਾ ਕੇ ਇਹਦਾ ਆਧਾਰ ਕਾਰਡ ਵੀ ਮਿਲਿਆ ਤੇ ਜਿੰਨਾ ਸਾਰਾ ਐਡਰੈਸ ਆ ਇਹਦਾ ਉਹ ਵੀ ਮਿਲਿਆ ਆ ਇਸ ਤਰ੍ਹਾਂ ਆ ਵੀ ਸਾਨੂੰ ਚਾਹੀਦਾ ਸਾਰਿਆਂ ਨੂੰ ਇਹ ਪਿੱਛੋਂ ਕਿੱਥੇ ਦਾ ਰਹਿਣ ਵਾਲਾ ਇਹ ਪਿੱਛੋਂ ਯੂਪੀ ਦਾ ਰਹਿਣ ਵਾਲਾ ਜੀ ਯੂਪੀ ਦਾ ਇਹਨਾਂ ਦੇ ਘਰਦਿਆਂ ਨਾਲ ਕੱਲ ਪੁਲਿਸ ਵਾਲਿਆਂ ਨੇ ਗੱਲ ਕੀਤੀ ਗਈ ਆ ਤੁਸੀਂ ਵੀ ਆ ਤੁਹਾਡਾ ਆਪਾਂ ਮੋਬਾਈਲ 2 ਦਿਨ ਚਾਰਜ ਨਾ ਕਰੀਏ ਉਹ ਫੋਨ ਆਫ ਹੋ ਜਾਂਦਾ 2 ਘੰਟੇ ਠੀਕ ਆ ਜੀ ਕੱਲ ਇਹਦਾ ਫੋਨ ਬੰਦ ਰਿਹਾ ਅੱਜ ਸਵੇਰ ਦਾ ਫੋਨ ਚੱਲ ਰਿਹਾ ਅਸੀਂ ਨਾਲੇ ਪੁਲਿਸ ਮੁਲਾਜ਼ਮ ਫੋਨ ਕਰਨਾ ਸਰ ਉਹਦਾ ਵਟਸਐਪ ਆਨਲਾਈਨ ਆ ਦੇਖੋ ਕਿੱਥੇ ਆ ਅਸੀਂ ਅੱਜ ਟ੍ਰੇਸ ਤੇ ਲਾਇਆ ਟ੍ਰੇਸ ਤੇ ਲਾਇਆ ਧੰਨਵਾਦ ਕਿਤੇ ਨਾ ਕਿਤੇ ਪਿੰਡ ਵਾਸੀਆਂ ਦਾ ਲੋਕਾਂ ਦਾ ਕਹਿਣਾ ਹੈ ਕਿ ਉਸ ਦੇ ਨਾਲ ਇੱਕ ਵਿਅਕਤੀ ਜਾਂ 2 ਵਿਅਕਤੀ ਹੋਰ ਹੋਣ ਦੀ ਜੋ ਸ਼ੰਕਾ ਜਤਾਈ ਜਾ ਰਹੀ ਹੈ ਕਿ ਉਸ ਦੇ ਨਾਲ ਉਸ ਦਾ ਸਾਥ ਦੇਣ ਦੇ ਲਈ ਹੋਰ ਵੀ ਜੋ ਵਿਅਕਤੀ ਹੈ ਜਿਸ ਦੇ ਵੱਲੋਂ ਲਗਾਤਾਰ ਉਸ ਦਾ ਸਾਥ ਦਿੱਤਾ ਜਾ ਰਿਹਾ ਉਹਨਾਂ ਨੇ ਉਹਨਾਂ ਨੇ ਫੜਿਆ ਪੁਲਿਸ ਤਾਂ ਬਾਅਦ ਚ ਜਾਂਦੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਹਾਂਜੀ ਠੀਕ ਹੈ ਕਿ ਨਾ ਪੁਲਿਸ ਦਾ ਤਾਂ ਕੰਮ ਇਹੀ ਆ ਵੀ ਬਾਅਦ ਚ ਆਉਣਾ ਠੀਕ ਹੈ ਧੰਨਵਾਦ ਜੀ ਇਹ ਸਨ ਸਰਪੰਚ ਸਾਹਿਬ ਲਗਾਤਾਰ ਜੋ ਪਹਿਰੇਦਾਰ ਦੀ ਟੀਮ ਹੈ ਸਤਲੁਜ ਬੰਨ ਤੇ ਪਹੁੰਚੀ ਸੀ ਲਗਾਤਾਰ ਤੁਸੀਂ ਤਸਵੀਰਾਂ ਦਿਖਾ ਰਿਹਾ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਕਲੋਜ ਕਰਕੇ ਤਸਵੀਰਾਂ ਦਿਖਾਈਆਂ ਜਾਣ ਕਿ ਇਹ ਉਹ ਇਲਾਕਾ ਜਿਸ ਦੇ ਵਿੱਚ ਕਦੇ ਕਦਾਈ ਜੋ 1-2 ਵਿਅਕਤੀ ਦੇਖੇ ਜਾਂਦੇ ਨੇ ਪੂਰੇ ਦਿਨ ਦੇ ਵਿੱਚ ਤੇ ਅੱਜ ਜਿਹੜਾ ਤੁਸੀਂ ਲਾਈਨ ਲੰਬੀ ਦੇਖ ਸਕਦੇ ਹੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਭੀੜ ਉਂਬੜੀ ਹੋਈ ਹੈ ਤੇ ਕਾਰਨ ਹੈ ਕਿ ਬੱਚੇ ਨੂੰ ਚੋਣ ਵਾਲੇ ਪਹੁੰਚੇ ਹੋਏ ਸਨ ਹਰ ਕਿਉਂਕਿ ਬੱਚਾ ਹਰ ਕਿਸੇ ਦੇ ਲਈ ਬਰਾਬਰ ਹੁੰਦਾ ਤੇ ਬੱਚੇ ਨੂੰ ਜੋ 3 ਦਿਨਾਂ ਤੋਂ ਕਿਡਨੈਪ ਕੀਤਾ ਗਿਆ ਸੀ ਉਸ ਮਾਂ ਪਿਓ ਦੇ ਹਿਰਦੇ ਤੇ ਦਿਲ ਤੇ ਕੀ ਬੀਤਰੀ ਹੋ ਗਈ ਜਿੰਨਾ ਦਾ ਦਿਲ ਦਾ ਜੋ ਟੁਕੜਾ ਉਹ 3 ਦਿਨਾਂ ਤੋਂ ਕਿਸੇ ਦੇ ਹਵਾਲੇ ਸੀ ਤੇ ਜੋ ਲਗਾਤਾਰ ਧਮਕੀਆਂ ਦੇ ਰਿਹਾ ਸੀ ਕਿ ਬੱਚੇ ਨੂੰ ਮਾਰ ਦਿੱਤਾ ਜਾਵੇਗਾ 4 ਲੱਖ ਰੁਪਏ ਦੀ ਫਰੋਟੀ ਮੰਗੀ ਜਾ ਰਹੀ ਸੀ ਪਰ ਅੱਜ ਵਾਹਿਗੁਰੂ ਦਾ ਸ਼ੁਕਰ ਹੈ ਕਿ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਬੱਚੇ ਨੂੰ ਪਿੰਡ ਵਾਸੀ ਨੇ ਲਗਾਤਾਰ ਪੋਸਟਾਂ ਸ਼ੇਅਰ ਕਰ ਰਹੇ ਸਨ ਲਗਾਤਾਰ ਜੋ ਪਿੰਡ ਵਾਸੀਆਂ ਵੱਲੋਂ ਵੱਖ ਵੱਖ ਤਾਰ ਦਿਖਾਈਆਂ ਜਾ ਰਹੀਆਂ ਚਲੋ ਆ ਜਾਓ ਪਰੇ ਕਰੀ ਜਾਂਦਾ ਪਿੰਡ ਵਾਸੀਆਂ ਦਾ ਕਿਤੇ ਨਾ ਕਿਤੇ ਜੋ ਗੁੱਸਾ ਲੱਗ ਜਾਇਜ਼ ਨਜ਼ਰ ਆ ਰਿਹਾ ਕਿਉਂਕਿ ਕਿਤੇ ਨਾ ਕਿਤੇ ਬੱਚੇ ਦੀ ਜਾਨ ਨੂੰ ਨੁਕਸਾਨ ਪਹੁੰਚ ਸਕਦਾ ਸੀ ਅਗਰ ਪਿੰਡ ਵਾਸੀਆਂ ਦੇ ਵੱਲੋਂ ਨਾ ਫੜਿਆ ਹੁੰਦਾ ਤੇ ਪਰ ਤਸਵੀਰਾਂ ਦੇਖ ਸਕਦੇ ਹੋ ਪਹਿਲਾਂ ਟੀਵੀ ਤੇ ਦਿਖਾਈਆਂ ਜਾ ਰਹੀਆਂ ਨੇ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਦੇ ਹੋ ਰਿਹਾ ਜੋ ਜੰਗਲ ਦੇ ਵਿੱਚੋਂ ਜੋ ਬੱਚੇ ਨੂੰ ਤਸਵੀਰਾਂ ਦੇਖ ਸਕਦੇ ਹੋ ਕਿ ਜੰਗਲ ਦੇ ਵਿੱਚ ਜੋ ਬੱਚੇ ਨੂੰ 3 ਦਿਨਾਂ ਤੋਂ ਭੁੱਖਾ ਭਾਣਾ ਰੱਖਿਆ ਗਿਆ 12 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਕਿ 4 ਲੱਖ ਰੁਪਏ ਦੀ ਫਰੋਤੀ ਨਾ ਮਿਲੀ ਤਾਂ ਕਿਤੇ ਨਾ ਕਿਤੇ ਬੱਚੇ ਦੀ ਜਾਨ ਨੂੰ ਨੁਕਸਾਨ ਪਹੁੰਚਾਇਆ ਜਾਵੇਗਾ ਤਸਵੀਰਾਂ ਲਗਾਤਾਰ ਦਿਖਾ ਰਹੇ ਹਾਂ ਕਿ ਪਿੰਡ ਵਾਸੀਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਕੁੱਟਮਾਰ ਜਾਇਜ਼ ਨਜ਼ਰ ਆ ਰਹੀ ਹੈ ਤਸਵੀਰਾਂ ਦਿਖਾ ਰਿਹਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਲਗਾਤਾਰ ਪਹਿਰੇਦਾਰ ਟੀਵੀ ਤੇ ਦਿਖਾ ਰਹੇ ਹਾਂ ਕਿ ਭੀੜ ਦੇ ਵੱਲੋਂ ਉਸ ਨੌਜਵਾਨ ਨੂੰ ਦੋਸ਼ੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਦੂਜੇ ਦੇ ਕੱਪੜੇ ਤੱਕ ਫਾੜੇ ਗਏ ਆ
दिखाईया जा रही ने जो लोगों का गुस्सा है वह जायज नजर आ रहा। पेंड रोड दे विच रहन वाले लोकर दे बल्ले बच्चे नू कटनैप किया गया सी। तस्वीर दिखा रहे लगातार कितने ना कितने पेंड वासियों का गुस्सा जायज नजर आ रहा। भाजी गुस्सा बहुत ज्यादा सी जी, मां दी अंदरां ते बच्चे दी अंदरां तिन दिन हो गए की कहंदियां होणगीआं जी। बिल्कुल जी बिल्कुल, बहुत औखा जी, मां तो बिना बच्चा एक मिनट नहीं रह सकदा जी। कितना कितने तुहानूं लगदा कि हुण जो कुटमार कीती जा रही है जायज आ? तुसीं हुण कुछ नहीं कर सकदे उधर, क्योंकि पुलिस प्रशासन ने तां बाद च छड्ड ही देना। तस्वीरां ने लगातार दिखाईआं जा रहीआं ने कि जंगल दे विचों जो कडनैप किते नौजवान नू मिलिआ, इस तों बाद उसी लगातार है जो पिंड वासियां वल्लों कुटमार कीती जा रही है। कुटमार कितना कितने जायज है, गुस्सा जायज है, क्योंकि उस परिवार नू पुछ के देखो जिस परिवार दे ए भाणा वरतिआ। लगातार तस्वीरां ने लगातार दिखाईआं जा रहीआं। तस्वीर ने लगातार दिखाईया जा रही ने। तस्वीर लगातार दिखा रहे हैं। जंगल दियां तस्वीरां ने कि जंगल दे विचों जंगल दे विचों जो बच्चे नूं लभ्या गया। ਭੈਣ ਚੋ ਕਿੱਧਰ ਲਈ ਮੋਰੇ ਰਸਤਾ ਦੇ ਲੋਕਾਂ ਦੇ ਵੱਲੋਂ ਜੋ ਪਿੰਡ ਵਾਸੀਆਂ ਵੱਲੋਂ ਕੁੱਟਮਾਰ ਕੀਤੀ ਗਿਆ, ਹੁਣ ਉਸ ਨੂੰ ਬਚਾਉਂਦੇ ਹੋਏ ਕਿਸੇ ਹੋਰ ਰਸਤੇ ਤੋਂ ਲਿਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਪੁਲਿਸ ਦੀ ਗੱਡੀ ਦੇ ਵਿੱਚ ਬਿਠਾ ਕੇ ਉਸ ਨੂੰ ਸਹੀ ਸਲਾਮਤ ਪਹੁੰਚਾਇਆ ਜਾਵੇ। ਪੁੱਛਗਿੱਛ ਤਾਂ ਭਾਈ ਹੁਣ ਉਹਦੀ ਕੀ ਕਰਨੀ ਹੈ ਹੀ ਦੋਸ਼ੀ ਉਹ ਆ। उस रास्ते दियां तस्वीरां दिखा रहे हैं कि जिस जंगल दे विच उस नूं पहरेदार दी टीम उरे बिना देरे करी पहुंची सी, जिस तों बाद भारी गिनती का इकट्ठ है। कितना कितने ये जापदा है कि पब्लिक का गुस्से के कारण कितने इसकी मौत ना हो जाए, क्योंकि तुसी देख सकते हो कि भारी गुस्से के विच जो बच्चे नू प्यार करने वाले से जिन्हां के दिलों के विच दर्द से उरे पहुंचे हुए ने।
ਇਹਦਾ ਨੰਬਰ ਉਹ ਪੁਰਾਣਾ ਬੰਦਾ ਰਿਹਾ ਪਰ ਵਟਸਐਪ ਤੇ ਉਹੀ ਨੰਬਰ ਤੇ ਆਨਲਾਈਨ ਹੋ ਰਿਹਾ ਦੂਜਾ ਨੰਬਰ ਆਇਆ ਕਿੱਥੋਂ ਇੱਕੋ ਤੇ ਨੰਬਰਾਂ ਦੀ ਜਾਂਚ ਨਹੀਂ ਕਰਾਈ ਕਿਹਦੇ ਨਾਮ ਤੇ ਸਿਮ ਨੇ ਕੁਛ ਨਹੀਂ ਪਤਾ ਲੱਗ ਰਿਹਾ ਪੁਲਿਸ ਨੂੰ ਇੱਥੇ ਤੱਕ ਕਿ ਨੰਬਰ ਦਿੱਤਾ ਹੈ ਵੀ ਨੰਬਰ ਇਹਨਾਂ ਨੂੰ ਪਤਾ ਚੱਲਣਾ ਚਾਹੀਦਾ ਸਭ ਤੋਂ ਪਹਿਲਾਂ ਪੁਲਿਸ ਦਾ ਫਰਜ਼ ਬਣਦਾ ਸੀ ਨੰਬਰ ਜਾਂਚ ਕਰਵਾਉਣਾ ਕਰਵਾਇਆ ਨਹੀਂ ਉਹ ਹੈ ਕਿ ਕੁਛ ਨਹੀਂ ਹੋਇਆ ਇੱਕ ਇਹ ਆ ਕਿ ਜਦੇ ਰਿਹਾ 3 ਦਿਨ ਤੋਂ ਇਹ ਰੋਟੀ ਵੀ ਖਾਂਦਾ ਰਿਹਾ ਇਹਦਾ ਫੋਨ ਕੱਲ ਆਫ ਹੋ ਗਿਆ ਕਿ ਬੈਟਰੀ ਡੈਡ ਹੋ ਗਈ ਉਸ ਤੋਂ ਬਾਅਦ ਫੋਨ ਆਨ ਨਹੀਂ ਹੋਇਆ ਜਦ ਕਿ ਰਾਤ ਰਿਹਾ ਰਾਤ ਇਹਦਾ ਫੋਨ ਚਾਰਜ ਹੋਇਆ ਉਹ ਕਿੱਥੋਂ ਚਾਰਜ ਹੋਇਆ ਅੱਜ ਸਵੇਰ ਦਾ ਹੀ ਫੋਨ ਉਹਦਾ ਆਨ ਆ ਅੱਜ ਆਫ ਨਹੀਂ ਹੈ 5 ਮਿੰਟ ਬਾਅਦ ਐਕਟਿਵਾ ਮਿਲੀ ਸੀ ਜੰਗਲ ਦੇ ਵਿੱਚੋਂ ਐਕਟਿਵਾ ਇਹਦੀ ਭਈਏ ਦੀ ਸੀ ਜਾਂ ਉਹ ਘਰ ਵਾਲਿਆਂ ਦੀ ਜਿਹੜੀ ਇਹ ਚੋਰੀ ਕਰਕੇ ਲੈ ਕੇ ਭੱਜਿਆ ਸੀਗਾ ਉਹ ਮਾਲਕ ਦੀ ਆ ਐਕਟਿਵਾ ਜਿਹੜੀ ਆ ਉਹ ਮਾਲਕ ਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਪਰਿਵਾਰਕ ਮੈਂਬਰਾਂ ਦੀ ਵੀ ਥੋੜੀ ਜਿਹੀ ਗਲਤੀ ਆ ਵੀ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਚਾਰਜਰ ਲੈਣ ਦੇ ਲਈ ਜਾ ਰਿਹਾ ਸੀ ਉਸ ਦੇ ਨਾਲ ਜਿਹੜੇ ਬੱਚੇ ਆ ਉਹ ਨਹੀਂ ਤੋਰਨੇ ਚਾਹੀਦੇ ਬੱਚੇ ਇਸ ਤਰ੍ਹਾਂ ਸਰ ਬੱਚਾ ਉਹਨਾਂ ਨੇ ਨਹੀਂ ਤੋਰਿਆ ਬੱਚਾ ਬਾਹਰ ਖੇਡਦੇ ਇਹਨੂੰ ਲੈ ਗਿਆ ਬਿਠਾਲ ਕੇ ਉਹਨਾਂ ਨੂੰ ਇਹ ਗੱਲ ਦਾ ਪਤਾ ਵੀ ਨਹੀਂ ਸੀ ਉਹਨੂੰ ਇਹ ਕਹਿਤਾ ਕਿ ਮੈਂ ਤੈਨੂੰ ਕੁਛ ਖਵਾ ਕੇ ਲਿਆਉਣਾ ਆ ਆ ਚੱਲੀਏ ਦੁਕਾਨ ਤੇ ਬੱਚਾ ਘਰੋਂ ਨਹੀਂ ਲੈ ਕੇ ਗਿਆ ਬਾਹਰੋਂ ਲੈ ਕੇ ਗਿਆ ਪਰ ਇਹ ਹੈ ਕਿ ਚਲੋ ਜੋ ਕਰਿਆ ਮੈਂ ਜਿੰਨੀ ਵੀ ਜਨਤਾ ਸਾਡੀ ਸਾਰਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਜਦੋਂ ਵੀ ਪ੍ਰਵਾਸੀ ਨੂੰ ਰੱਖਦੇ ਹੋ ਉਹਦਾ ਪੂਰਾ ਐਡਰੈਸ ਆਧਾਰ ਕਾਰਡ ਉਹ ਪਹਿਲਾਂ ਲੈ ਕੇ ਪੁਲਿਸ ਨੂੰ ਦਿੱਤਾ ਜਾਵੇ ਸ਼ਾਸਨ ਵੱਲੋਂ ਅਪੀਲ ਵੀ ਕੀਤੀ ਜਾਂਦੀ ਹੈ ਉਹ ਦਿੱਤਾ ਜਾਵੇ ਕਿ ਸਾਨੂੰ ਉਸੇ ਟਾਈਮ ਐਕਸ਼ਨ ਦੇ ਵਿੱਚ ਇਹਦਾ ਪੂਰਾ ਪਤਾ ਲੱਗ ਸਕੇ ਕਿ ਜਿਸ ਤਰ੍ਹਾਂ ਹੋਣਾ ਸੀ ਤੇ ਮਗਰ ਭੱਜੇ ਦਾ ਆਧਾਰ ਕਾਰਡ ਵਗੈਰਾ ਪੂਰਾ ਐਡਰੈਸ ਸਾਨੂੰ ਗੜ ਭਮਾ ਤੋਂ ਜਾ ਕੇ ਮਿਲਿਆ ਕਿ ਜਿੱਥੇ ਪਹਿਲਾਂ ਨੌਕਰੀ ਕਰਦਾ ਸੀ ਮਾਸਟਰ ਜੀ ਕੋਲ ਉਹਨਾਂ ਕੋਲੋਂ ਜਾ ਕੇ ਇਹਦਾ ਆਧਾਰ ਕਾਰਡ ਵੀ ਮਿਲਿਆ ਤੇ ਜਿੰਨਾ ਸਾਰਾ ਐਡਰੈਸ ਆ ਇਹਦਾ ਉਹ ਵੀ ਮਿਲਿਆ ਆ ਇਸ ਤਰ੍ਹਾਂ ਆ ਵੀ ਸਾਨੂੰ ਚਾਹੀਦਾ ਸਾਰਿਆਂ ਨੂੰ ਪਿੱਛੋਂ ਕਿੱਥੇ ਦਾ ਰਹਿਣ ਵਾਲਾ ਇਹ ਪਿੱਛੋਂ ਯੂਪੀ ਦਾ ਰਹਿਣ ਵਾਲਾ ਜੀ ਯੂਪੀ ਦਾ ਇਹਨਾਂ ਦੇ ਘਰਦਿਆਂ ਨਾਲ ਕੱਲ ਪੁਲਿਸ ਵਾਲਿਆਂ ਨੇ ਗੱਲ ਕੀਤੀ ਗਈ ਆ ਤੁਸੀਂ ਵੀ ਆ ਤੁਹਾਡਾ ਆਪਾਂ ਮੋਬਾਈਲ 2 ਦਿਨ ਚਾਰਜ ਨਾ ਕਰੀਏ ਉਹ ਫੋਨ ਆਫ ਹੋ ਜਾਂਦਾ ਠੀਕ ਆ ਜੀ ਕੱਲ ਇਹਦਾ ਫੋਨ ਬੰਦ ਰਿਹਾ ਅੱਜ ਸਵੇਰ ਦਾ ਫੋਨ ਚੱਲ ਰਿਹਾ ਅਸੀਂ ਨਾਲੇ ਪੁਲਿਸ ਮੁਲਾਜ਼ਮ ਫੋਨ ਕਰਨਾ ਸਰ ਉਹਦਾ ਵਟਸਐਪ ਆਨਲਾਈਨ ਆ ਦੇਖੋ ਕਿੱਥੇ ਆ ਅਸੀਂ ਅੱਜ ਟ੍ਰੇਸ ਤੇ ਲਾਇਆ ਟ੍ਰੇਸ ਤੇ ਲਾਇਆ ਧੰਨਵਾਦ ਕਿਤੇ ਨਾ ਕਿਤੇ ਪਿੰਡ ਵਾਸੀਆਂ ਦਾ ਲੋਕਾਂ ਦਾ ਕਹਿਣਾ ਹੈ ਕਿ ਉਸਦੇ ਨਾਲ ਇੱਕ ਵਿਅਕਤੀ ਜਾਂ ਦੋ ਵਿਅਕਤੀ ਹੋਰ ਹੋਣ ਦੀ ਜੋ ਸ਼ੰਕਾ ਜਤਾਈ ਜਾ ਰਹੀ ਹੈ ਕਿ ਉਸਦੇ ਨਾਲ ਉਸਦਾ ਸਾਥ ਦੇਣ ਦੇ ਲਈ ਹੋਰ ਵੀ ਜੋ ਵਿਅਕਤੀ ਹੈ ਜਿਸ ਦੇ ਵੱਲੋਂ ਲਗਾਤਾਰ ਉਸਦਾ ਸਾਥ ਦਿੱਤਾ ਜਾ ਰਿਹਾ